ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹ ਪੀੜਤਾਂ ਦੇ ਲਈ ਹਰ ਸੰਭਵ ਸੇਵਾ ਮੁਹੱਈਆ ਕਰਵਾਉਣ ਲਈ ਪਾਰਟੀ ਦੇ ਸਾਰੇ ਵਰਕਰਾਂ ਨੂੰ ਹੁਕਮਜ਼ਾਰੀ ਕੀਤੇ ਗਏ ਹਨ, ਜਿਸ ਦੇ ਤਹਿਤ ਅੱਜ ਹੜ੍ਹ ਪੀੜਤਾਂ ਲਈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਰਾਹਤ ਸਮੱਗਰੀ ਪ੍ਰਸ਼ਾਸਨ ਨੂੰ ਭੇਜੀ ਗਈ। ਇਸ ਮੌਕੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ ਅਤੇ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਸਾਡੇ ਵੱਲੋਂ ਹੜ੍ਹ ਪੀੜਤਾਂ ਨੂੰ ਪ੍ਰਸ਼ਾਸਨ ਦੇ ਜ਼ਰੀਏ ਰਾਹਤ ਸਮੱਗਰੀ ਭੇਜ ਕੇ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇਗੀ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਆਉਣ ਵਾਲੇ ਸਮੇਂ 'ਚ ਅਤੇ ਮੌਜੂਦਾ ਸਮੇਂ ਵਿੱਚ ਜੋ ਭਾਖੜਾ ਤੋਂ ਪਾਣੀ ਦਾ ਵਹਾਅ ਤੇਜ਼ ਚੱਲ ਕੇ ਪੰਜਾਬ ਦੇ ਵੱਖ ਵੱਖ ਇਲਾਕਿਆਂ 'ਚ ਹੁੰਦਾ ਆ, ਲੁਧਿਆਣਾ ਸ਼ਹਿਰ ਨੂੰ ਅਤੇ ਪਿੰਡਾਂ ਦੇ ਵਿੱਚ ਆਲੇ ਦੁਆਲੇ ਮਾਰ ਕਰ ਰਿਹਾ, ਉਹਦੇ ਲਈ ਸਿੰਘ ਸਭਾਵਾਂ ਅਤੇ ਅਕਾਲੀ ਦਲ ਦੇ ਸਮੂਹ ਵੀਰਾਂ ਨੇ ਇਕੱਤਰ ਹੋ ਕੇ ਜੋ ਅੱਜ ਦੀ ਮੀਟਿੰਗ ਕੀਤੀ ਗਈ ਗੁਰਦੁਆਰਾ ਦੁਖਨਾਥ ਸਾਹਿਬ ਲੁਧਿਆਣਾ ਵਿਖੇ, ਜਿਸ ਵਿੱਚ ਅਸੀਂ ਉਹਨਾਂ ਵਿਸ਼ਵਾਸ ਦਵਾਉਂਦੇ ਹਾਂ ਉਹਨਾਂ ਸਾਥੀਆਂ ਨੂੰ, ਉਹਨਾਂ ਵੀਰਾਂ ਨੂੰ, ਉਹਨਾਂ ਭੈਣਾਂ ਨੂੰ ਜਿਨ੍ਹਾਂ ਦੇ ਨਾਲ ਕੋਈ ਹਾਦਸਾ ਵਾਪਰਦਾ। ਅਸੀਂ ਸਾਰੀਆਂ ਸਿੰਘ ਸਭਾਵਾਂ ਇਕੱਤਰ ਹੋ ਕੇ ਉਹਨਾਂ ਦੇ ਨਾਲ ਹਰ ਟਾਈਮ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ, ਉਹਨਾਂ ਦੇ ਦੁੱਖ ਸੁੱਖ ਦੇ ਹਰ ਟਾਈਮ ਭਾਈਵਾਲ ਬਣਾਂਗੇ। ਉਹਨਾਂ ਸਾਰਿਆਂ ਨੂੰ ਜਿੱਥੇ ਵਿਸ਼ਵਾਸ ਨੇ ਉੱਥੇ ਪ੍ਰਸ਼ਾਸਨ ਨੂੰ ਵੀ ਕਹਿੰਦੇ ਹਾਂ, ਔਰ ਉਹਨਾਂ ਨੂੰ ਵੀ ਕਹਿੰਦੇ ਹਾਂ ਵੀ ਜੇ ਕਿਸੇ ਦੀ ਥਾਂ 'ਤੇ ਸਾਡੀ ਲੋੜ ਪੈਂਦੀ ਹੈ ਲੰਗਰ ਦੀ, ਕੱਪੜੇ ਦੀ ਜਾਂ ਹੋਰ ਵੀ ਕਿਸੇ ਚੀਜ਼ ਦੀ, ਅਸੀਂ ਹਰ ਟਾਈਮ ਸੰਗਤਾਂ ਨੂੰ ਬੇਨਤੀ ਕਰਕੇ ਇਕੱਤਰ ਕਰਾਂਗੇ ਔਰ ਆਪਣੇ ਵੱਲੋਂ ਵੀ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਪੂਰੇ ਤਰ੍ਹਾਂ ਤਿਆਰ ਹਾਂ। ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਪਹਿਲਾਂ ਵੀ ਕਰਦੇ ਹਾਂ, ਹੁਣ ਵੀ ਕਰਨ ਦੀ ਸਾਰਾ ਭਰੋਸਾ ਦਵਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅੱਜ ਦੀ ਮੀਟਿੰਗ ਹੰਗਾਮੀ ਮੀਟਿੰਗ ਸੱਦੀ ਗਈ ਸੀਗੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਆਦੇਸ਼ ਪਹੁੰਚਿਆ ਸੀਗਾ ਕਿ ਲੁਧਿਆਣੇ 'ਚ ਜਿੱਥੇ ਜਿੱਥੇ ਵੀ ਕਿਤੇ ਜੋ ਭਾਖੜੇ ਤੋਂ ਪਾਣੀ ਛੱਡਿਆ ਗਿਆ ਜਿਹਦੀ ਵਜ੍ਹਾ ਕਰਕੇ ਲੋਕਾਂ ਦੇ ਪਿੰਡਾਂ ਦਾ ਨੁਕਸਾਨ ਹੋਇਆ, ਜਾਨੀ ਨੁਕਸਾਨ ਵੀ ਹੋ ਰਿਹਾ, ਮਾਲੀ ਨੁਕਸਾਨ ਵੀ ਹੋ ਰਿਹਾ, ਉਹਨਾਂ ਦੀ ਮਦਦ ਵਾਸਤੇ ਸਿੰਘ ਸਭਾਵਾਂ ਅੱਗੇ ਆਉਣ, ਅਕਾਲੀ ਵਰਕਰ ਅੱਗੇ ਹੋ ਕੇ ਚੱਲਣ, ਉਹਦੇ ਲਈ ਮੀਟਿੰਗ ਕੀਤੀ ਗਈ ਆ। ਅਤੇ ਅਸੀਂ ਸਾਰਿਆਂ ਨੇ ਸਿੰਘ ਸਭਾਵਾਂ ਨੇ ਇਹ ਗੁਰਦਾ ਦੁੱਖ ਨਿਵਾਰਨ ਸਾਹਿਬ, ਸਬਜ਼ੀ ਮੰਡੀ ਸਿੰਘ ਸਭਾ, ਗੁਰਦਾ ਕਲਗੀ ਤਾਰਾ, ਗੁਰਦਾ ਦੁੱਖ ਨਿਵਾਰਨ ਸਾਹਿਬ, ਫੇਰੂ ਮਾਨ ਸਾਹਿਬ ਅਤੇ ਸਾਰੇ ਭਾਈ ਰਤੀਤ ਸਿੰਘ ਦੀਆਂ ਸਿੰਘ ਸਭਾਵਾਂ, ਜਿੰਨੀਆਂ ਵੀ ਸਿੰਘ ਸਭਾਵਾਂ ਨੇ ਸ਼ਹਿਰ ਦੀਆਂ, ਸਾਰੀਆਂ ਸਿੰਘ ਸਭਾਵਾਂ ਨੇ ਅੱਜ ਫੈਸਲਾ ਕੀਤਾ ਆ ਕਿ ਜਿਹੜੇ ਵੀ ਸਾਡੇ ਪਿੰਡਾਂ ਦੇ ਵਿੱਚ ਲੋਕ ਇਹ ਪਾਣੀ ਦੀ ਮਾਰ ਥੱਲੇ ਆ ਰਹੇ ਨੇ, ਉਹ ਸਾਡਾ ਪਰਿਵਾਰ ਆ, ਸਾਡੇ ਆਪਦੇ ਪਰਿਵਾਰ ਦੇ ਮੈਂਬਰ ਨੇ, ਅਸੀਂ ਹਰ ਪੱਖੋਂ ਉਹਨਾਂ ਦੀ ਮਦਦ ਕਰਾਂਗੇ। ਜੋ ਵੀ ਚਾਹੇ ਉੱਥੇ ਲੰਗਰ ਦੀ ਲੋੜ ਪਵੇ, ਕੱਪੜੇ ਦੀ ਲੋੜ ਪਵੇ, ਕਿਤੇ ਹੋਰ ਚੀਜ਼ ਦੀ ਲੋੜ ਪੈਂਦੀ ਆ, ਦਵਾਈਆਂ ਦੀ ਲੋੜ ਪੈਂਦੀ ਆ, ਅਤੇ ਸਾਡੀਆਂ ਟੀਮਾਂ ਜਿਹੜੀਆਂ ਉੱਥੇ ਜਾ ਕੇ ਉਹਨਾਂ ਦੀ ਸੇਵਾ ਕਰਨਗੀਆਂ। ਅੱਜ ਲੰਗਰ DDPO ਸਾਹਿਬ ਲੈ ਕੇ ਗਏ ਨੇ ਦੁਖਨਿਵਾਰਨ ਸਾਹਿਬ ਤੋਂ, ਅਤੇ ਇਹ ਨਿਰੰਤਰ ਅਸੀਂ ਸੇਵਾ ਕਰਨ ਲਈ ਜ਼ਿੰਮੇਵਾਰੀ ਜਾਰੀ ਆ, ਨਿਰੰਤਰ ਸੇਵਾ ਨਿਰੰਤਰ ਜਾਰੀ ਰਹੂਗੀ। ਔਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਉਹ ਵੀ ਤਗੜੇ ਹੋ ਕੇ ਕੰਮ ਕਰਨ ਜਿੱਥੇ ਸਾਡੀ ਲੋੜ ਸਮਝ ਨਹੀਂ ਤਿਆਰ। ਟਿੰਕੂ ਦੇ ਨਾਲ ਸੁਰਜੀਤ ਸਿੰਘ ਦੀ ਰਿਪੋਰਟ, KDT ਨਿਊਜ਼ ਲੁਧਿਆਣਾ।